ਨਸ਼ਿਆਂ ਦੀ ਦੁਕਾਨਾਂ ਹੈ, ਪਰ ਕੋਈ ਦਾੜੀ ਸ਼ਾੜੀ ਸੈੱਟ ਕਰ ਆਵਾਮ ਜਾ ਰਹੀ ਹੈ ਜੀ ਮਸਜਿਦ, ਇਹ ਹੈ ਨੋਟ ਕਰ ਲਓ, ਮਿੱਠੂ ਸਾਹਿਬ ਦੀ ਗੱਡੀ ਹੈ ਜੀ 0334-58-03-204। ਜਿਸ ਟਾਈਮ ਅਸਾਂ ਗਏ ਹਾਂ ਇੰਗਲੈਂਡ, ਉਸ ਵਕਤ ਬੜੀ ਸਫਾਈ ਸੀ, ਇੱਕ ਤਾਂ ਰਿਹਾਇਸ਼ ਵੀ ਨਹੀਂ ਹੋਣੀ, ਇੱਕ ਤਾਂ ਖਾਣ ਪੀਣ ਦਾ ਬੜਾ ਮੁਸ਼ਕਿਲ ਹੈ, ਬੰਦੇ ਅੱਛੇ ਜਾਣੇ ਦੋ ਆਣੇ ਜਨਾਬ, ਬਸ ਨਾਲ ਮਾਵੇਂ ਦਾ ਪੁੱਤਰ ਆਇਆ, ਚਾਚੇ ਦਾ ਪੁੱਤਰ ਆਇਆ, ਉਹਨਾਂ ਨਾਲ ਤਾਵਨ ਕਰੋ ਜਨਾਬ, ਨਾਲ ਚੈਨਲ ਦੀ ਸਬਸਕ੍ਰਾਈਬ ਕਰੋ, ਫੋਲੋ ਕਰੋ, ਅਤੇ ਉਹਨਾਂ ਦੀ ਗੈਂਟੀ ਦਾ ਬਟਨ ਦਬਾਉਣਾ ਕੀ ਕਰਕੇ ਜਾਣਾ, ਸ਼ਾਦੀ ਕਰਕੇ ਜਾਣਾ, ਬੜਾ ਤੁਸੀਂ ਤਰ੍ਹਾਂ ਆਪਸ਼ਨ ਬੜੀ ਅੱਛੀ ਆਪਸ਼ਨ ਹੀ ਹੈ ਕਿ ਸ਼ਾਦੀ ਕਰਕੇ ਜਾਣਾ। ਸਲਾਮ ਅਲੈਕੁਮ ਮਾਈ ਲਵਲੀ ਰਿਸਪੈਕਟਫੁਲ ਸਿਸਟਰ ਐਂਡ ਬ੍ਰਦਰਸ, ਹਾਊ ਆਰ ਯੂ, ਆਈ ਹੋਪ ਐਵਰੀਵਨ ਇਜ਼ ਓਕੇ, ਵੈਲਕਮ ਟੂ ਅਨਦਰ ਵਲੌਗ। ਹਾਂਜੀ ਮੇਰੇ ਭੈਣਾਂ ਅਤੇ ਮੇਰੇ ਭਰਾਓ, ਉਮੀਦ ਕਰਨੇ ਕਿ ਸਾਰੇ ਠੀਕ ਹੋ ਸਨ, ਵੱਲ ਹੋ ਸਨ, ਤਾਂ ਆਪਣੀ ਜ਼ਿੰਦਗੀ ਖੁਸ਼ ਬਾਦਸ਼ਾਹ ਤਿੰਨ ਤਰੀਕੇ ਨਾਲ ਗੁਜ਼ਾਰਨੇ ਪਏ ਸਨ। ਜਿਵੇਂ ਮੇਰੇ ਭੈਣਾਂ ਅਤੇ ਮੇਰੇ ਭਰਾਓ, ਅੱਜ ਤੁਸਾਂ ਦਾ ਭਰਾ ਨਵੀਂ, ਅੱਜ ਇੱਕ ਨਵੇਂ ਵਲਾਗ ਨਾਲ ਯੂਟਿਊਬ ਉੱਪਰ ਆਇਆ ਵਾ, ਤਾਂ ਅੱਜ ਦਾ ਵਲਾਗ ਬੜਾ ਹੀ ਅਮੇਜ਼ਿੰਗ ਹੋਣੇ ਵਾਲਾ, ਤੁਸਾਂ ਕੀ ਬੜਾ ਹੀ ਮਜ਼ਾ ਆਉਣੇ ਵਾਲਾ ਵੈ। ਜਿਹਨਾਂ ਭੈਣਾਂ ਭਰਾਵਾਂ ਸਾਰਿਆਂ ਤੋਂ ਪਹਿਲੇ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤਾ, ਉਹ ਚੈਨਲ ਕੀ ਸਬਸਕ੍ਰਾਈਬ ਕਰਨ, ਜੇ ਸਾਡਾ ਵਲਾਗ ਇੰਨਾ ਪਸੰਦ ਆਵੇ ਲਾਈਕ ਅਤੇ ਸ਼ੇਅਰ ਵੀ ਕਰਨ। ਬਾਕੀ ਅੱਜ ਦਾ ਵਲਾਗ ਅਸਾਂ ਨੇ ਫਰਾਈਡੇ ਨੇ ਵਾਲੇ ਨਾਲ ਅਸੀਂ ਅੱਜ ਤੁਸਾਂ ਨਾਲ ਅਸਾਂ ਬਹੁਤ ਕੁਛ ਸ਼ੇਅਰ ਕਰ ਸਾਂ, ਅਤੇ ਉਮੀਦ ਕਰਨੇ ਅੱਗੇ ਤੁਸਾਂ ਕੀ ਇਹਨਾਂ ਵਲਾਗ ਪਸੰਦ ਆ ਸੀ। ਬਾਕੀ ਹੁਣ ਤੁਸਾਂ ਕੀ ਦੱਸਣੇ ਆ ਨਾਲ ਨਾਲ, ਲੇਕਿਨ ਉਸ ਤੋਂ ਪਹਿਲੇ ਦੋ ਤਰੇ ਗੱਲਾਂ ਵੀ ਕਰਨੀਆਂ, ਉਹ ਵੀ ਤੁਸਾਂ ਕੀ ਦੱਸਣੇ ਆ। ਪਹਿਲੀ ਗੱਲ ਤਾਂ ਇਹ ਹੈ, ਮਾੜੀ ਭੈਣ ਤੋਂ ਮਾੜੇ ਭਰਾਓ, ਜਿਸ ਬੰਦੇ ਕੋਲ ਵੀ ਪੁੱਛਾਂ, ਜ਼ਿਆਦਾਤਰ ਯੂਕਿਆਂ ਦੇ ਬੰਦੇ, ਜਿਸ ਜਿਹੜਾ ਬੰਦਾ ਵੀ ਮਿਲਣਾ ਵਾ, ਉਹ ਵੀ ਆਖਣਾ ਕਿ ਅਸਾਂ ਤੁਸਾਂ ਦਾ ਵਲਾਗ ਟੀ ਵੀ ਉੱਪਰ ਲਾਈਕ ਹੈ ਤੱਕਣੇ ਆ, ਉਹ ਅੱਲਾ ਲਿਓ ਟੀ ਵੀ ਉੱਪਰ ਲਾਈਕ ਹੈ ਤਾਂ ਤੁਸੀਂ ਤੱਕਣੇ ਹੋ, ਹੁਣ 10-12 ਬੰਦੇ ਬੈਠੇ ਹੋ ਇੱਕ ਟੀ ਵੀ ਉੱਪਰ ਤਕਸੋ, ਅਤੇ ਮਿੱਕੀ ਕਿਸ ਤਰ੍ਹਾਂ ਵਿਊ ਪੈ ਸੀ, ਮੈਂ ਵੀ ਆਹਾਂ ਵਿਊ ਮਾਰਾ ਬੜਾ ਘੱਟ ਆ ਛਣਾ, ਮੈਂ ਇਹ ਨਹੀਂ ਪਤਾ 50-60 ਘਰ ਹਨ ਯੂਕੇ ਵਿੱਚ, ਤਾਂ ਉਹ ਸਾਰੇ ਇੱਕ ਹੈ ਟੀ ਵੀ ਉੱਪਰ ਲਾਈਕ ਹੈ, ਤਾਂ 10-15 ਬੰਦੇ ਇਕੱਠਿਓ ਬਹਿ ਕੇ ਤੱਕਣੇ, ਜਿਸ ਨੇ ਵਜ੍ਹਾ ਤੋਂ ਮਿੱਕੀ ਵਿਊ ਨਹੀਂ ਪੈਣਾ, ਦੁਆ ਸਬਸਕ੍ਰਾਈਬਰ ਨਹੀਂ ਹੋਣੇ, ਉਸਨੇ ਇਹ ਵੀ ਵਜ੍ਹਾ ਹੈ ਕਿ ਜਿਹੜਾ ਨਾ ਜ਼ਿਆਦਾਤਰ ਬੰਦਿਆਂ ਮਿੱਕੀ ਸਬਸਕ੍ਰਾਈਬ ਨਹੀਂ ਕੀਤੇ, ਲੇਕਿਨ ਉਹ ਵਲਾਗ ਮੇਰਾ ਤੱਕ ਹੀ ਲੈਣਾ, ਅਤੇ ਮੇਰੇ ਸਾਰਿਆਂ ਨਾਲ ਰਿਕੁਐਸਟ ਹੈ ਕਿ ਜਿਸ ਜਿਸ ਘਰ ਹੈ ਵਿੱਚੋਂ ਵੀ ਜਿਸ ਜਿਸ ਬੰਦੇ ਸਾਰੇ ਸੰਗੇ ਜਿਸ ਜਿਸ ਘਰ ਵਿੱਚ ਵੀ ਜਿਸ ਜਿਸ ਬੰਦੇ ਮਿੱਕੀ ਸਬਸਕ੍ਰਾਈਬ ਕੀਤੇ ਆ, ਉਹ ਆਪਣੇ ਘਰ ਜਾਂ ਅੱਗੇ ਪਿੱਛੇ ਦੋਸਤਾਂ ਜਾਣਾ ਵੀ ਸਾਰਿਆਂ ਕੀ ਆ ਹੈ, ਸਾਰਿਆਂ ਕੀ ਦਾਵਤ ਹੈ ਕਿ ਮਿੱਕੀ ਉਹ ਜਿਹੜਾ ਨਾ ਸਬਸਕ੍ਰਾਈਬ ਕਰਨ, ਸਾਰੇ ਸਾਰੇ ਸਬਸਕ੍ਰਾਈਬ ਕਰਨ, ਉਸ ਤੋਂ ਬਾਅਦ ਮਾੜਾ ਵਲਾਗ ਵੀ ਜਿਹੜਾ ਨਾ ਉਹ ਵੀ ਲਾਜ਼ਮੀ ਤੱਕਣ, ਤਾਂ ਬੰਦਿਆਂ ਵੀ ਪਤਾ ਲੱਗ ਸੀ ਕਿ ਨੌਵੀਂ ਭਾਈ ਯਾਰ ਵੀ ਮੇਰੇ ਕੋਲ ਐਫ ਆਨ ਰਹਿਣੇ, ਉਹ ਵੀ ਵਲਾਗ ਬਣਾਉਣੇ, ਅਤੇ ਸਾਰੇ ਜਿਨ ਜਿਸ ਜਿਸ ਘਰਾਂ ਵਿੱਚ ਵੀ ਜਿਹੜਾ ਜਿਹੜਾ ਬੰਦਾ ਵੀ ਆ, ਉਹ ਆਪਣੇ ਸਾਰੇ ਜਿਹੜਾ ਨਾ ਅੱਗੇ ਪਿੱਛੇ ਜਿੱਥੇ ਜਿੱਥੇ ਹੁਣ ਤਾਂ ਲੱਗ ਗਿਆ, ਉਹਨਾਂ ਲਈ ਆਹ ਹੈ ਕਿ ਮਿੱਕੀ ਜਿਹੜਾ ਨਾ ਜੇ ਆਖਸੋ ਤਾਂ ਮੈਂ ਆਪਣਾ ਉਹ ਚੈਨਲ ਨਾਂ ਜਿਹੜਾ ਨਾ ਤੁਸੀਂ ਅੱਗੇ ਸੈਂਡ ਕਰ ਛੋੜ ਸਾਂ, ਅਤੇ ਉਹ ਮਿੱਕੀ ਜਿਹੜਾ ਨਾ ਸਾਰੇ ਸਬਸਕ੍ਰਾਈਬ ਕਰਨ, ਅਤੇ ਦੁਆ ਜਿਹੜਾ ਨਾ ਚਲੋ ਮੰਨ ਲੈਣੇ ਇਹ ਕੰਮ ਠੀਕ ਹੈ, ਤੁਸਾਂ ਟੀ ਵੀ ਨਾਲ ਲਾ ਕੇ ਤੱਕਣੇ ਹੋ, ਚਲੋ ਇਸ ਚੀਜ਼ ਜਿਸ ਤਰ੍ਹਾਂ ਮਾੜੇ ਭੈਣ ਭਰਾ ਖੁਸ਼ ਹਨ ਉਂਝ ਹੀ ਠੀਕ ਹੈ, ਜਿਨ੍ਹਾਂ ਦੁੱਖਾਂ ਵਿੱਚ ਦਿਲ ਬਰ ਰਾਜ਼ੀ ਤਾਂ ਸੁੱਖ ਨਾ ਤੋਂ ਵਾਰੇ, ਦੁੱਖ ਕਬੂਲ ਮੁਹੰਮਦ ਬਖਸ਼ਾ, ਰਾਜ਼ੀ ਰਹਿਣ ਪਿਆਰੇ, ਅਤੇ ਬਾਕੀ ਕੋਈ ਨਹੀਂ ਟੈਨਸ਼ਨ, ਤੁਸੀਂ ਸਾਰੇ ਜਿਹੜਾ ਨਾ ਜਿਨ੍ਹਾਂ ਭੈਣਾਂ ਭਰਾਵਾਂ ਚੈਨਲ ਕੀ ਸਬਸਕ੍ਰਾਈਬ ਨਹੀਂ ਕੀਤੇ, ਉਹ ਚੈਨਲ ਕੀ ਸਬਸਕ੍ਰਾਈਬ ਕਰਨ, ਅਤੇ ਜੇ ਅਸਾਂ ਨੇ ਵਲਾਗ ਪਸੰਦ ਆਉਣੇ ਤਾਂ ਅੱਗੇ ਸ਼ੇਅਰ ਵੀ ਕਰ ਛੋੜਿਆ ਕਰਨ, ਤਾਂ ਕਿ ਹੋਰ ਮਜ਼ੀਦ ਬੰਦੇ ਅਸਾਂ ਨੇ ਚੈਨਲ ਵਿੱਚ ਇੰਟਰੀ ਮਾਰਨ, ਅਤੇ ਸਾਰਿਆਂ ਨਾਲ ਰਿਕੁਐਸਟ ਹੈ ਕਿ ਸਾਰੇ ਜਿਹੜਾ ਨਾ
ਲਾਜ਼ਮੀ ਅਸਾਂ ਦਾ ਚੈਨਲ ਸਬਸਕ੍ਰਾਈਬ ਕਰਨ ਅਤੇ ਜੇ ਅਸਾਂ ਨੇ ਵਲੋਗ ਤੁਸਾਂ ਕੀ ਪਸੰਦ ਆਉਣੇ ਤਾਂ ਸ਼ੇਅਰ ਵੀ ਕਰਿਆ ਕਰੋ। ਤਾਂ ਅੱਜ ਨਾ ਵੀ ਵਲੋਗ ਜਿਹੜਾ ਨਾ ਬੜਾ ਅਮੇਜ਼ਿੰਗ ਹੋ ਰਿਹਾ ਲਵ ਹੈ ਤੁਸਾਂ ਨਾਲ ਸ਼ੇਅਰ ਕਰਨੇ ਆ। ਉਸ ਰਿਕੁਐਸਟ ਆਈ ਹੈ ਉਹ ਵੀ ਉਸ ਬੰਦੇ ਨਾਲ ਵੀ ਮੁਲਾਕਾਤ ਕਰਨੀ ਹੈ, ਉਸਕੀ ਵੀ ਅੱਜ ਵਲੋਗ ਹੀ ਚਾੜਨਾ ਵਾ ਤਾਂ ਉਸ ਨਾਲ ਗੱਪ ਛੱਪ ਹੋ ਸੀ ਅੱਜ। ਅਤੇ ਬਾਕੀ ਇਹ ਤੁਸਾਂ ਨਾਲ ਗੱਲ ਕਰਨੀ ਸੀ ਸਬਸਕ੍ਰਾਈਬਰ ਨੇ ਵਾਲੇ ਨਾਲ ਅਤੇ ਜਿਹੜਾ ਅਸਾਂ ਨੇ ਚੈਨਲ ਵਲੋਗ ਨੇ ਵਿਊ ਹਨ ਇਹਨਾਂ ਨੇ ਵਾਲੇ ਨਾਲ। ਤਾਂ ਬਾਕੀ ਬਹੁਤ ਬਹੁਤ ਥੈਂਕ ਯੂ ਜਿਹੜੇ ਭੈਣ ਭਰਾ ਜਿਹੜਾ ਨਾ ਅਸਾਂ ਨਾਲ ਵਲੋਗ ਤੱਕਣੇ ਜਿਸ ਤਰ੍ਹਾਂ ਵੀ ਤੱਕਣੇ ਉਹਨਾਂ ਨਾਲ ਬਹੁਤ ਬਹੁਤ ਥੈਂਕ ਯੂ। ਅਤੇ ਜਿਹਨਾਂ ਚੈਨਲ ਨੂੰ ਕਿ ਸਬਸਕ੍ਰਾਈਬ ਕੀਤੇ ਆ ਉਹਨਾਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ। ਤਾਂ ਬਾਕੀ ਜੁੜਨੇ ਹੁਣ ਤੱਕਣੇ ਆ ਕਿਆ ਕੋਈ ਸਿਸਟਮ ਹੈ ਤਾਂ ਕਰਨੇ ਆ ਤੁਸਾਂ ਨਾਲ ਸ਼ੇਅਰ। ਫਿਰ ਚਲੋ ਫਿਰ ਹਾਂਜੀ ਮਾੜੀ ਭੈਣ ਤੋਂ ਮਾੜੇ ਭਰਾਓ ਜੁਲੇ ਹੁਣ ਨਵੀਆਂ ਦੀ ਦੁਕਾਨਾਂ ਪਰ ਕੋਈ ਦਾੜੀ ਸ਼ਾੜੀ ਸੈੱਟ ਕਰਾਂ ਨਾ ਮੁੱਛਾਂ ਬਰਾਬਰ ਕਰਾਂ ਬੜੀਆਂ ਹੋ ਗਈਆਂ ਹਨ ਅਤੇ ਬਾਅਦ ਵੀ ਜਿਹੜਾ ਨਾ ਉਹ ਸੈੱਟ ਸੈੱਟ ਕਰਾਂ ਵਾ ਜੁਮਾ ਵੀ ਬਣਨਾ ਵਾ ਉਸ ਤੋਂ ਬਾਅਦ ਬਣਾਉਣਾ ਵੀ ਹੈ। ਜੀ ਮਾੜੇ ਭੈਣ ਤਾਂ ਮਾੜੇ ਭਰਾਓ ਜਨਾਬ ਸਕੂਲਾਂ ਨੇ ਬਾਹਰ ਪੁੱਜੇ ਹੈ ਜ਼ੁਬੀਆ ਸਕੂਲ ਫਾਰ ਸਪੈਸ਼ਲ ਚਿਲਡਰਨ। ਇਹ ਜਨਾਬ ਮਜ਼ਦੂਰ ਬੱਚਿਆਂ ਦਾ ਸਕੂਲ ਹੈ ਅਤੇ ਅਸਾਂ ਐਪਰੀਸ਼ੀਏਟ ਕਰਨੇ ਜਨਾਬ ਜਿਸ ਸਕੂਲ ਬਣਾਇਆ ਹੋਇਆ ਇਹ ਬੱਚਿਆਂ ਨੇ ਫੋਟੋ ਲੱਗੇ ਨੇ ਗੇਮਾਂ ਸ਼ਾਮਾਂ ਖੇਡਣੇ ਨੇ ਅਤੇ ਨਾਲ ਇਹਨਾਂ ਨੇ ਫੋਟੋ ਸ਼ੋਟੋ ਬਣਾਏ ਨੇ ਅਤੇ ਡੈਕੋਰੇਟ ਕੀਤੇ ਨੇ ਅਤੇ ਇਹ ਦੁਬਾਰਾ ਨਾਲ ਲਾਏ ਹੋਏ ਨੇ ਚੈੱਕ ਕਰੋ ਹਾਂ ਜੀ। ਅਤੇ ਇਹ ਜਨਾਬ ਸਕੂਲ ਹੈ ਇਹ ਉੱਪਰ ਵੀ ਫੋਟੋ ਲਾਏ ਨੇ ਅਤੇ ਇਹ ਜਨਾਬ ਬਰਮਿੰਘਮ ਵਿੱਚ ਵੀ ਆਵੇ ਇੰਗਲੈਂਡ ਵਿੱਚ ਅਤੇ ਇੱਥੇ ਮਿਰਪੜ ਵਿੱਚ ਵੀ ਆਵੇ। ਅਤੇ ਇਹ ਜਨਾਬ ਬੱਚਿਆਂ ਦੀ ਪੂਰੀ ਟ੍ਰੇਨਿੰਗ ਦੇਣੇ ਨੇ ਇੱਥੇ ਜਿਹੜੇ ਮਜ਼ਦੂਰ ਬੱਚੇ ਹੋਣੇ ਨੇ ਅਤੇ ਇਹ ਜਨਾਬ ਫਿਜੀਓਥਰਾਪੀ ਵੀ ਕਰਾਉਣੇ, ਸਪੀਚ ਥਰਾਪੀ, ਮਿਊਜ਼ਿਕ ਥਰਾਪੀ, ਬਿਹੇਵੀਅਰ ਥਰਾਪੀ, ਮਤਲਬ ਕਿ ਜ਼ਿੰਦਗੀ ਗੁਜ਼ਾਰਨੇ ਵਾਸਤੇ ਹਰ ਇੱਕ ਚੀਜ਼ ਦੀ ਟ੍ਰੇਨਿੰਗ ਇੱਥੇ ਦੇਣੇ ਨੇ ਮਜ਼ਦੂਰ ਬੱਚਿਆਂ ਦੀ। ਅਤੇ ਚੈੱਕ ਕਰੋ ਹਾਂ ਜੀ ਮਾਸ਼ਾਅੱਲਾ ਜ਼ਬਰਦਸਤ ਸਕੂਲ ਬਣਾਇਆ ਹੋਇਆ, ਅਸਾਂ ਐਪਰੀਸ਼ੀਏਟ ਕਰਨੇ ਜਨਾਬ ਸਲੂਟ ਪੇਸ਼ ਕਰਨੇ ਜਿਸ ਸਕੂਲ ਬਣਾਇਆ ਹੋਇਆ ਜੀ। ਸੁਣਨੇ ਚਾਹਿਆ ਕਿ ਜਿਸ ਬੰਦੇ ਸਕੂਲ ਬਣਾਇਆ ਨਾ ਉਸ ਨਾਲ ਆਪਣਾ ਵੀ ਬੱਚਾ ਜਿਹੜਾ ਨਾ ਉਹ ਵੀ ਮਜ਼ਦੂਰ ਸੀ, ਡਿਸੇਬਲ ਸੀ, ਜਿਸਨੇ ਵਜ੍ਹਾ ਤੋਂ ਉਹ ਫੋਤ ਹੋ ਗਿਆ ਸੀ। ਇਸ ਬੰਦੇ ਨਾਲ ਖਿਆਲ ਆਇਆ ਕਿ ਬਾਕੀ ਬੱਚੇ ਜਿਹੜੇ ਨਾ ਮਜ਼ਦੂਰੀ ਨੇ ਜ਼ਿੰਦਗੀ ਨਾਲ ਜਾਣਾ ਤਾਂ ਇਸ ਵਾਸਤੇ ਉਸ ਸਕੂਲ ਬਣਾਇਆ। ਤਾਂ ਮਾਸ਼ਾਅੱਲਾ ਜ਼ਬਰਦਸਤ ਸਕੂਲ ਹੈ ਅਤੇ ਬਹੁਤ ਬੱਚਿਆਂ ਨਾਲ ਕੇਅਰ ਕਰਦੇ ਨੇ। ਹਾਂਜੀ ਦੇਖਿਆ ਕਿ ਲੈ ਕੇ ਜਾ ਰਹੇ ਜੀ ਘਰਾਂ ਦੀ ਸ਼ਾਇਦ ਉਸ ਤੋਂ ਬਾਅਦ ਹਾਂਜੀ ਗਏ ਸਨ ਵਾਪਸ ਨਈਆ ਕੋਲ, ਮੁੱਛਾਂ ਥੋੜ੍ਹੀਆਂ ਜਿਹੀਆਂ ਵੱਡੀਆਂ ਲੱਗ ਰਹੀਆਂ ਸਨ, ਮੈਂ ਹੈ ਥੋੜ੍ਹੀਆਂ ਜਿਹੀਆਂ ਨਿੱਕੀਆਂ ਖਰਾਬ ਜੇ ਤਾਂ ਘੁੰਮਣ ਨਿੱਕੀਆਂ ਹੋਈਆਂ ਕਿ ਨਹੀਂ। ਕੇ ਜੀ ਕਿਹੜਾ ਸੂਟ ਲਈਏ ਫਿਰ ਅੱਜ? ਲਓ ਜੀ ਚਿੱਟਾ ਸੂਟ ਤਾਂ ਕੋਈ ਨਹੀਂ ਸੀ ਇਸ ਤਰ੍ਹਾਂ, ਮੈਂ ਹੈ ਚਲੋ ਇਹੀ ਅੱਜ ਪਾ ਲੈ। ਹਾਂਜੀ ਨਾਈ ਧੋਈ ਕੇ ਜਾ ਰਹੇ ਹੁਣ ਮਸਜਿਦ ਜੁਮਾ ਪੜ੍ਹਨੇ ਆ ਅਤੇ ਉਸ ਤੋਂ ਬਾਅਦ ਜਾ ਸਾਂ ਕਬਸਾਂ ਦੁਆ ਸ਼ਾਹ ਮੰਗ ਸਾਂ ਅਤੇ ਕੁਝ ਬੰਦਿਆਂ ਕੀ ਮਿਲ ਸਾਂ ਅਤੇ ਫਿਰ ਆਪਾਂ ਵਾਪਸ ਘਰ ਰੋਟੀ ਖਾ ਕੇ ਤਾਂ ਇਨਸ਼ਾਅੱਲਾ
ਜਿਸ ਬੰਦੇ ਨਾਲ ਮੁਲਾਕਾਤ ਕਰਨੀ ਹੈ, ਗੱਪ ਸ਼ੱਪ ਲਾਉਣੀ ਹੈ, ਉਸ ਨਾਲ ਵੀ ਗੱਪ ਸ਼ੱਪ ਅੱਜ ਦੱਸ ਜੁੜਨੇ ਹਾਂ ਮਸ਼ਹਦ ਵਾਲੀ ਸ਼ਹਿਰ, ਤੁਸਾਂ ਕੀ ਦੱਸਣੇ ਬਾਕੀ ਸਿਸਟਮ। ਲੋਕੋ ਆਵਾਮ ਜਾ ਰਹੀ ਹੈ ਜੀ ਮਸ਼ਹਦ ਜੁਮਾ ਪੜ੍ਹਨ ਵਾਸਤੇ। ਇਹ ਮਸ਼ਹਦ ਸਾਰੇ ਕਲਮਾਤ ਪੜ੍ਹ ਲਵਣ ਤਾਂ ਮਾਸ਼ਾਅੱਲਾ ਲਾਉਮਾ ਬਾੜੀ ਕਹਾਣਾ ਨੂੰ ਭੁੱਲਿਆ ਤਾਂ ਦਰੂਦ ਸ਼ਰੀਫ ਨਾਲ ਵਿਰਧ ਲਾਜ਼ਮੀ ਕਰਿਆ ਕਰੋ, ਸਪੈਸ਼ਲੀ ਜੁੰਮੇ ਵਾਲੇ ਦਿਹਾੜਾ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ। ਲਓ ਜੀ ਨਮਾਜ਼ ਏ ਜੁਮਾ ਤਾਂ ਅਦਾ ਕੀਤੀ ਹੈ ਤਾਂ ਹੁਣ ਚੁੱਲ੍ਹੇ ਹਾਂ ਜੀ ਇੱਕ ਬਸਾਨ ਵਾਲੀ ਸ਼ਹਿਰ ਦੁਆਜਵਾ ਮੰਗਸਾਂ। ਇਹ ਤੁਸਾਂ ਕੀ ਦੱਸਣੇ ਆ ਆਲ ਫਰਾਈਡੇ ਕੀ ਦੱਸਣੇ ਆ, ਫਿਰ ਦੱਸਾਂ ਤਾਂ ਫਿਰ ਜੁਲਸਾਂ ਵੀ ਵਾਪਸ ਕਰ ਵਾਲੀ ਸ਼ਹਿਰ। ਹਾਂਜੀ ਆਏ ਸਾਂ ਕਬਸਾਨ ਅਤੇ ਦੁਆ ਮੰਗੀ ਹੈ, ਸਾਨੂੰ ਦੁਆ ਹੈ ਅੱਲਾ ਪਾਕ ਇਸ ਕਬਸਾਨ ਦੀ ਜਿਤਨੇ ਵੀ ਮਹੱਤਵਪੂਰਨ ਇਨਸਾਨੀਆਂ ਦੀ ਬਖਸ਼ਿਸ਼ ਮਫਰ ਫਰਮਾਏ, ਅਤੇ ਸਾਰਿਆਂ ਕੀ ਜੰਨਤ ਫਿਰਦੋਸ ਵਿੱਚ ਅਲਾ ਮੁਕਾਮ ਅਤਾ ਫਰਮਾਏ, ਅਤੇ ਸਾਰਿਆਂ ਨੇ ਦਰਜਾਤ ਜਿਹੜਾ ਨਾ ਬੁਲੰਦ ਫਰਮਾਇਆ। ਆਮੀਨ। ਮਾੜੇ ਭਰਾਓ ਇੱਕ ਹੋਰ ਗੱਲ ਰਹਿ ਗਈ ਸੀ ਕਿ ਕੁਝ ਬੰਦੇ ਐਸੇ ਵੀ ਹੈ ਜਿਹੜੇ ਗਿਲਾ ਕਰਨੇ ਕਿ ਅਸਾਂ ਸਬਸਕ੍ਰਾਈਬ ਕਰਨੇ ਤਾਂ ਸਬਸਕ੍ਰਾਈਬ ਨਹੀਂ ਹੋਣਾ, ਅਤੇ ਮੈਂ ਉਹਨਾਂ ਕੀ ਦੱਸਣਾ ਚਾਹੁੰਦਾ ਕਿ ਕੁਝ ਬੰਦੇ ਨੇ ਮੈਂ ਦੱਸਿਆ ਵਾ ਕਿ ਉਹਨਾਂ ਬੰਦਿਆਂ ਜਿਹੜਾ ਨਾ ਗੂਗਲ ਅਕਾਊਂਟ ਹੀ ਨਹੀਂ ਬਾਇਆ, ਜੀਮੇਲ ਅਕਾਊਂਟ ਹੀ ਨਹੀਂ ਬਾਇਆ ਯੂਟਿਊਬ ਵਿੱਚ, ਅਤੇ ਉਹ ਕਿਸ ਤਰ੍ਹਾਂ ਸਬਸਕ੍ਰਾਈਬ ਹੋ ਸੀ। ਪਹਿਲੇ ਤੁਸੀਂ ਜੀਮੇਲ ਅਕਾਊਂਟ ਆਪਣਾ ਜਿਹੜਾ ਤੁਹਾਨੂੰ ਫੋਨ ਨਹੀਂ ਚੱਲਣਾ ਪਿਆ ਵਾ ਐਂਡਰਾਇਡ ਫੋਨਾਂ 'ਚ, ਤਾਂ ਉਹ ਪਹਿਲੇ ਜੀਮੇਲ ਅਕਾਊਂਟ ਉੱਥੇ ਯੂਟਿਊਬ ਵਿੱਚ ਪਾਓ, ਸਾਈਨ ਇਨ ਕਰੋ, ਤਾਂ ਫਿਰ ਜਨਾਬ ਸਬਸਕ੍ਰਾਈਬ ਹੋ ਸੀ। ਅਤੇ ਦੂਜੀ ਗੱਲ, ਮੈਂ ਜਿਹੜਾ ਨਾ ਆਪਣਾ ਨਾਂ ਯੂਟਿਊਬ ਚੈਨਲ ਨਾਲ ਉਹ ਚੈਨ ਕੀਤਾ ਵਾ, ਉਹ ਹੁਣ ਇਜ਼ੀ ਕਾਰ ਛੋੜਿਆ ਵਾ, ਇਹ ਨੋਮੀ 22 ਵਲੋਗਸ ਇਹ ਮੈਂ ਲਿਖਿਆ ਵਾ। ਬੇਸਿਕਲੀ ਵੈਸੇ ਤਾਂ ਮੇਰੇ ਜ਼ਹਿਨ ਦੇ ਮੁਤਾਬਿਕ ਤਾਂ ਮੈਂ ਇਹ ਲਿਖਿਆ ਕਿ ਨੋਮੀ 22 ਵਲੋਗਸ, ਅਸਾਂ ਪੰਜਾਬੀ 'ਚ 22 ਆਉਣੇ ਹਾਂ, ਇਹ ਜਿਸ ਤੁਸੀਂ 22 ਆਉਣੇ ਹੋ, ਤਾਂ ਇਹ ਨੋਮੀ 22 ਵਲੋਗ ਮੈਂ ਜਿਹੜਾ ਨਾ ਇਹ ਲਿਖਿਆ ਵਾ, ਬਾਕੀ ਤੁਸਾਂ ਵਾਸਤੇ ਇਜ਼ੀ ਨੋਮੀ 22 ਵਲੋਗਸ ਔਰ ਨੋਮੀ 22 ਵਲੋਗਸ ਇਹ ਲਿਖ ਛੋੜਿਆ ਵਾ। ਇਹ ਨਾਂ ਮੈਂ ਹੁਣ ਲਿਖਿਆ ਵਾ, ਇਹ ਹੁਣ ਇਜ਼ੀ ਹੋ ਗਿਆ ਵਾ, ਤਾਂ ਤੁਸਾਂ ਵਾਸਤੇ ਬੈਸਟ ਹੈ, ਅਤੇ ਉਮੀਦ ਹੈ ਤੁਸੀਂ ਪਸੰਦ ਆਪਸੀ। ਬਾਕੀ ਇਹ ਗੱਲਾਂ ਕਰਨੇ ਸਨ ਜੁਲਨੇ ਹੁਣ ਆਪਣੇ ਅਗਲੇ ਮਿਸ਼ਨ। ਹਾਂਜੀ ਮਾੜੀ ਭੈਣ ਤੋਂ ਮਾੜੇ ਭਰਾਓ, ਜਨਾਬ ਚੈੱਕ ਕਰੋ ਹਾਂ ਗੱਡੀ, ਇਹ ਤੁਸਾਂ ਕੀ ਦੱਸਣੇ ਨਾ, ਅੱਜ ਮਕਸਦ ਹੀ ਇਹ ਹੈ ਕਿ ਇਸ ਗੱਡੀ ਵਾਸਤੇ ਜਿਹੜਾ ਨਾ ਤੁਸੀਂ ਸਪੈਸ਼ਲ ਰਾਬਤਾ ਕਰਨਾ ਵਾ ਬੁਕਿੰਗ ਵਾਸਤੇ, ਅਤੇ ਏਅਰਪੋਰਟ ਦੀ ਸਰਵਿਸ ਵੀ ਹੈ, ਅਤੇ ਬਾਕੀ ਵੀ ਜਿਤਨੀ ਤੁਸੀਂ ਬੁਕਿੰਗ ਸ਼ੁਕਿੰਗ ਕਰਨੀ ਹੋਵੇ ਤਾਂ ਸਪੈਸ਼ਲੀ ਰਾਬਤਾ ਕਰਨਾ ਵਾ। ਨੰਬਰ ਸ਼ੰਬਰ ਲਿਖੇ ਆ, ਨੋਟ ਕਰ ਲਓ, ਮਿੱਠੂ ਸਾਹਿਬ ਦੀ ਗੱਡੀ ਹੈ ਜੀ 03-34-58-03-204 ਇਹ ਗੱਡੀ ਹੈ, ਅਤੇ ਚੈੱਕ ਕਰੋ ਹਾਂ। ਅਤੇ ਬਾਕੀ ਤੁਸੀਂ ਵਿੱਚੋਂ ਦੱਸਣੇ ਆ ਜੀ, ਜ਼ਬਰਦਸਤ ਇਨਸਾਈਡ ਹੈ ਇਸ ਨਾਲ, ਸੀਟਾਂ ਚੈੱਕ ਕਰੋ ਤਾਂ ਇਨਸਾਈਡ ਬੜਾ ਹੀ ਡੈਕੋਰੇਟਿਡ ਹੋਇਆ, ਅਤੇ ਪੁਰਸਕੂਨ ਮਾਹੌਲ ਹੈ, ਫੁੱਲ ਏ ਸੀ ਸਰਵਿਸ ਹੈ, ਅਤੇ ਸਪੈਸ਼ਲੀ ਤੁਸੀਂ ਰਾਬਤਾ ਕਰਨਾ ਵਾ, ਨੰਬਰ ਤੁਸੀਂ ਲਿਖ ਲਿਆ ਵਾ, ਬਾਕੀ ਚੈੱਕ ਕਰੋ ਹਾਂ ਜੀ। ਮਾਸ਼ਾਅੱਲਾ ਖੂਬਸੂਰਤ ਗੱਡੀ ਹੈ, ਅਤੇ ਸਹੀ ਜਿਹੜਾ ਨਾ ਚੱਲਣੀ ਹੈ ਤਾਂ ਬੰਦਾ ਇੰਝ ਪਤਾ ਲੱਗਣਾ ਕਿ ਜ਼ਿਆਦਾ 'ਚ ਬੈਠੇ ਆ, ਅਤੇ ਜ਼ਬਰਦਸਤ ਸਿਸਟਮ ਹੈ ਇਸ ਨਾਲ ਗੱਡੀ ਨਾਲ, ਸਪੈਸ਼ਲੀ ਰਾਬਤਾ ਕਰਿਆ। ਬਾਕੀ ਜੁਲਨੇ ਆ ਫਿਰ ਹੁਣ ਅੱਗੇ ਆਪਣੇ ਜਨਾਬ ਯੂਕੇ ਵਾਲੇ ਬੰਦਿਆਂ ਕੀ ਮਿਲਣ ਵਾਸਤੇ ਜੀ। ਹਾਂ ਜੀ ਨਿਕਲੇ ਸਾਂ ਬਾਹਰ ਵਾਕ ਕਰਨੇ ਵਾਸਤੇ, ਤਾਂ ਗੱਡੀ ਤੱਕੀ ਹੈ, ਤਾਂ ਮੈਂ ਚਲੋ ਗੱਡੀ ਨਾਲ ਵੀ ਜਿਹੜਾ ਨਾ ਸਿਸਟਮ ਤੁਸਾਂ ਕੀ ਦੱਸ ਹੋ ਰਹੀ ਹੈ, ਗੱਡੀ ਵਿਲਾ ਕੇ ਲੈਣੀ ਹੈ ਬੁਕਿੰਗ ਵਾਸਤੇ, ਅਤੇ ਹੁਣ ਜੁਲਨੇ ਹਾਂ, ਤਾਂ ਆਪਣੇ ਇੱਕ ਬੰਦੇ ਨਾਲ ਕਰਨੇ ਮੁਲਾਕਾਤ ਹੋ ਗਿਆ ਸੀ ਕਿਤੇ ਕੰਮ, ਤਾਂ ਮੈਂ ਮੁੜ ਆਓ, ਮੈਂ ਵੀ ਨਮਾਜ਼ ਪੜ੍ਹ ਲਵਾਂ, ਤਾਂ ਫਿਰ ਕਰਨੇ ਤੁਹਾਡੇ ਨਾਲ ਮੁਲਾਕਾਤ, ਜੁਲਨੇ ਹਾਂ। ਹਾਂਜੀ ਮਾੜੀ ਭੈਣ ਤੋਂ ਮਾੜੇ ਭਰਾਓ, ਜਨਾਬ ਅਸਾਂ ਇੰਟਰੋ ਵੀ ਜਿਸ ਤਰ੍ਹਾਂ ਦੱਸਿਆ ਸੀ ਕਿ ਅਸਾਂ ਇੱਕ ਬੰਦੇ ਨਾਲ ਕਰਨੀ ਹੈ ਮੁਲਾਕਾਤ, ਅਤੇ ਉਹਨਾਂ ਨਾਲ ਜਨਾਬ ਹੋਈ ਹੈ ਮੁਲਾਕਾਤ, ਇਹ ਆਪਣੇ ਚਾਚਾ ਆਰਫ ਸਾਹਿਬ, ਅਤੇ ਤੁਸਾਂ ਨੇ ਜਨਾਬ ਆਜੀ ਆਰਫ ਅਲੀ ਫਰੋਮ ਲੇਟਸ ਯੂਕੇ, ਅਤੇ ਇਹਨਾਂ ਨਾਲ ਲਾਈ ਹੈ ਗੱਪ ਸ਼ੱਪ, ਅਤੇ ਹੁਣ ਤੁਸਾਂ ਨਾਲ ਸ਼ੇਅਰ ਕਰਨੇ ਆ, ਅਤੇ ਇਹਨਾਂ ਨਾਲ ਕਿਹ ਤਜਰਬਾ ਵਾ ਯੂਕੇ ਦੀ ਲਾਈਫ ਨਿਭਾਉਣ ਨਾਲ, ਅਤੇ ਉਹ ਵੀ ਤੁਸਾਂ ਨਾਲ ਸ਼ੇਅਰ ਕਰਨੇ ਆ, ਅਤੇ ਬਾਕੀ ਪਹਿਲੇ ਇਹਨਾਂ ਕੋਲ ਹਾਲ ਚਾਲ ਪੁੱਛਣੇ ਆ, ਅਤੇ ਉਸ ਤੋਂ ਬਾਅਦ ਇਹ ਤੁਸਾਂ ਵੀ ਆਪਣੀਆਂ ਜਿਹੜੀਆਂ ਗੱਲਾਂ ਮੁਫੀਦ ਗੱਲਾਂ ਉਹ ਦੱਸਣਗੇ ਕਿਸ ਤਰ੍ਹਾਂ ਯੂਕੇ ਦੀ ਲਾਈਫ ਆਉਣ, ਅਤੇ ਹਾਂਜੀ ਚਾਚਾ ਕਿਆ ਹਾਲ ਆ, ਠੀਕ ਹੋ?
ਹੋਰ ਸਭ ਠੀਕ ਠਾਕ? ਅੱਛਾ, ਇਹ ਦੱਸੋ ਨਾ ਆਪਣੇ ਵਿਊਅਰਸ ਕੀ ਕਿ ਤੁਸੀਂ ਕਿੰਨੇ ਸਾਲ ਹੋ ਗਏ ਯੂਕੇ ਵਿੱਚ ਰਹਿਣੇ? ਜੀ ਮੈਂ ਮਾਸ਼ਾਅੱਲਾ 17 ਸਾਲ ਹੋ ਗਏ ਇੰਗਲੈਂਡ 'ਚ ਗਏ। ਜੀ ਵਿਊਅਰਸ 17 ਸਾਲ ਹੋ ਗਏ ਇੰਗਲੈਂਡ ਵਿੱਚ ਰਹਿਣੇ ਹੋ, ਅਤੇ ਬਾਕੀ ਇਹਨਾਂ ਕੋਲ ਪੁੱਛ ਰਹੇ ਹਾਂ ਕਿ ਤੁਸੀਂ ਜਿਸ ਟਾਈਮ ਗਏ ਸੋ ਇੰਗਲੈਂਡ ਵਿੱਚ, ਉਸ ਟਾਈਮ ਦੀ ਲਾਈਫ ਜ਼ਿਆਦਾ ਬਿਹਤਰ ਸੀ ਜਾਂ ਹੁਣ ਜਿਹੜੀ ਲਾਈਫ ਚੱਲਦੀ ਪਈ ਹੈ ਇੰਗਲੈਂਡ ਵਿੱਚ ਉਹ ਬਿਹਤਰ ਹੈ? ਕਿਆ ਡਿਫਰੈਂਸ ਹੈ ਉਸਨੇ ਵਿੱਚ, ਕਿਤਨਾ ਫਰਕ ਪੈ ਗਿਆ ਵਾ? ਜੀ ਜਿਸ ਟਾਈਮ ਅਸਾਂ ਗਏ ਹਾਂ ਇੰਗਲੈਂਡ, ਉਸ ਵਕਤ ਬੜੀ ਸਫਾਈ ਸੀ, ਉਸ ਵਕਤ ਬੜਾ ਈਜ਼ੀ ਬੰਦਾ ਇੰਗਲੈਂਡ ਚਲਾ ਜਾਣਾ ਸੀ। ਖਾਣ ਪੀਣ ਸਸਤੀ, ਰਿਹਾਇਸ਼ ਸਸਤੀ, ਹਰ ਚੀਜ਼ ਜ਼ਿਆਦਾ ਚੀਜ਼ ਸੀ। ਹੁਣ ਮੌਜੂਦਾ ਦੌਰ ਐਸਾ ਜਾ ਰਿਹਾ ਕਿ ਹਰ ਚੀਜ਼ ਮਹਿੰਗੀ ਹੈ। ਇਹ ਮਹਿੰਗਾਈ ਪੂਰੀ ਵਰਲਡ 'ਚ ਹੈ, ਮਗਰ ਇੰਗਲੈਂਡ ਦੇ ਲਿਹਾਜ਼ ਨਾਲ ਨਾ ਉਹ ਥੋੜ੍ਹਾ ਜ਼ਿਆਦਾ ਹੋ ਗਿਆ ਕੰਮ, ਅਤੇ ਬਨਿਸਬਤ ਅਸਾਂ ਨੇ ਪਾਕਿਸਤਾਨ ਨਾਲ, ਅਤੇ ਉੱਥੇ ਬੜਾ ਮੁਸ਼ਕਲ ਹੈ ਇਸ ਦੌਰ 'ਚ ਇੰਗਲੈਂਡ 'ਚ ਨਾ ਬਹੁਤ ਫਰਕ ਪੈ ਗਿਆ, ਫਰਕ ਪੈ ਗਿਆ ਸਤਾਰਾਂ ਸਾਲਾਂ 'ਚ ਬਹੁਤ ਫਰਕ ਪੈ ਗਿਆ। ਅਤੇ ਬਾਕੀ ਤੁਸਾਂ ਨਾਲ ਕਿਆ ਮਸ਼ਵਰਾ ਕਿ ਤੁਸਾਂ ਨਾਲ ਕਿਆ ਤਜਰਬਾ ਦੱਸਣਾ, ਇਹ ਅਸਾਂ ਨੇ ਵੀਵਰਸ ਕੀ ਦੱਸੋ ਕਿ ਕਿਹੜੇ ਵੀਜ਼ੇ 'ਚ ਹੋਏ ਜਾਣ ਅਸਾਂ ਨੇ ਵੀਵਰਸ, ਅਤੇ ਜਿਹੜਾ ਇਹਨਾਂ ਵਾਸਤੇ ਈਜ਼ੀ ਵੇ ਹੋ ਸੀ, ਜਿਸਨੇ ਵਾਸਤੇ ਵਿੱਚ ਇਹਨਾਂ ਦੀ ਲਾਈਫ ਜਿਹੜੀ ਨਾ ਬੈਟਰ ਉੱਥੋਂ ਸੀ, ਸਟੂਡੈਂਟ ਵੀਜ਼ਾ ਠੀਕ ਹੈ ਜਾਂ ਵਰਕ ਵੀਜ਼ਾ ਠੀਕ ਹੈ ਜਾਂ ਸ਼ਾਦੀ ਕਰਕੇ ਜਾਣ, ਇਹ ਦੱਸਣਾ ਚਾਹ ਰਹੇ ਨੇ ਕਿ ਜਿਹੜਾ ਈਜ਼ੀ ਵੇ ਹੈ ਜਿਸਨੇ ਵਿੱਚ ਉੱਥੇ ਦੀ ਲਾਈਫ ਜਿਹੜੀ ਹੈ ਨਾ ਅਸਾਂ ਨੇ ਵੀਵਰਸ ਵਾਸਤੇ ਬੈਟਰ ਹੈ, ਸਟੂਡੈਂਟ ਵੀਜ਼ਾ ਠੀਕ ਹੈ ਜਾਂ ਵਰਕ ਵੀਜ਼ਾ ਠੀਕ ਹੈ ਜਾਂ ਸ਼ਾਦੀ ਕਰਕੇ ਜਾਣ, ਤਾਂ ਉਹ ਜ਼ਿਆਦਾ ਬੈਟਰ ਹੈ? ਜੀ ਤੁਸੀਂ ਮਾਸ਼ਾਅੱਲਾ ਬੜਾ ਅੱਛਾ ਸਵਾਲ ਕੀਤਾ ਜਨਾਬ, ਅਤੇ ਇਸ ਲਈ ਮੈਂ ਤਰੇ ਆਪਸ਼ਨ ਤੁਸੀਂ ਦੱਸਣਾ। ਜਿਸ ਵਿੱਚ ਤੁਸੀਂ ਇੱਥੋਂ ਪਹਿਲੇ ਤਾਂ ਬੜਾ ਈਜ਼ੀ ਸੀ ਸ਼ਾਦੀ ਕਰਕੇ ਜਾਣਾ, ਠੀਕ ਸ਼ਾਦੀ ਕਰਕੇ ਜਾਣਾ ਬੜਾ, ਤੁਸੀਂ ਤਰੇ ਆਪਸ਼ਨ ਬੜੀ ਅੱਛੀ ਆਪਸ਼ਨ ਇਹ ਹੈ ਕਿ ਸ਼ਾਦੀ ਕਰਕੇ ਜਾਣਾ ਸੀ। ਹੁਣ ਸ਼ਾਦੀ ਕਰਕੇ ਵੀ ਭਾਵੇਂ ਉੱਥੇ ਇੰਗਲੈਂਡ ਜਾਂ ਪਾਕਿਸਤਾਨ ਇੱਥੋਂ ਬੱਚਾ ਬੱਚੀ ਜਾਣਾ ਇੰਗਲੈਂਡ, ਉਹ ਬੜੀ ਹਾਰਡ ਹੋ ਗਈ, ਬੜੀ ਪ੍ਰੋਬਲਮ ਹੋਈ ਹੈ, ਕਿਉਂਕਿ 29,000 ਪਾਉਂਡ ਪਤਾ ਇੱਥੋਂ ਕਿ ਉਹਨਾਂ ਨੇ ਸ਼ਰਤ ਰੱਖੀ ਹੈ ਕਿ ਉਹ ਤੁਸੀਂ ਇੱਥੇ ਵੇਜ ਹੋਣੀ ਚਾਹੀਦੀ ਹੈ ਤਾਂ ਤੋਂ ਉੱਥੇ ਉਸੇ ਮੁੰਬਾਦ। ਅਤੇ ਦੂਜੀ ਗੱਲ ਇਹ ਕਿ ਸਟੂਡੈਂਟ ਨਹੀਂ, ਅਤੇ ਜਿਸ ਕੋਲ ਤੁਸੀਂ ਸਟੱਡੀ ਉਸੇ ਵੀ ਜਾਣੇ ਤਾਂ ਉਹਨੂੰ ਉਸੇ ਵੀ ਬੜਾ ਹਾਰਡ ਹੈ ਅਤੇ ਬੜਾ ਮੁਸ਼ਕਿਲ ਹੈ 20-25,000 ਪਾਉਂਡ ਇਕੱਠਾ ਕਰਨਾ ਇੱਧਰ ਉੱਧਰ, ਉਹ 2 ਸਾਲ ਵਾਸਤੇ ਉਸ ਤੁਸੀਂ ਕਰੀ ਜਾਣੇ ਹੋ ਤਾਂ ਵਾਪਸ ਤੁਸੀਂ ਆਈ ਜਾਣੇ ਹੋ ਤਾਂ ਉਸ ਨਾਲ ਫਾਇਦਾ ਕੋਈ ਨਹੀਂ। ਉਹ ਡਿਗਰੀ ਤੋਂ ਨਹੀਂ ਆਉਣੀ ਹੋ, ਮਗਰ ਡਿਗਰੀ ਤਾਂ ਚਲੀ ਜਾਂਦੇ, ਉਸ ਡਿਗਰੀ ਮੁਤਾਬਕ ਤੁਸੀਂ ਕਿ ਉਹ ਜਾਬ ਸ਼ਾਬ ਉਹ ਚੀਜ਼ ਤੁਸੀਂ ਕਿ ਨਹੀਂ ਲੱਭਣੀ। ਅਤੇ ਮੇਰੇ ਆਪਣੇ ਇੱਕ ਜਾਤੀ ਪੁਆਇੰਟ ਆਫ ਵਿਊ ਦੇ ਲਿਹਾਜ਼ ਨਾਲ ਤੁਸੀਂ ਕਿ ਬਿਹਤਰ ਹੀ ਹੈ ਕਿ ਸ਼ਾਦੀ ਦੇ ਕੋਈ ਮਾਮਲਾਤ ਹੋ ਜਾਣੇ ਤਾਂ ਉਹ ਜ਼ਿਆਦਾ ਬਿਹਤਰ ਹੈ। ਤੀਸਰੀ ਆਪਸ਼ਨ ਇਹ ਹੈ ਕਿ ਤੁਸੀਂ ਵਰਕ ਪਰਮਿਟ ਜਾਣੇ ਹੋ, ਬੰਦੇ ਕਿਆ ਕਰਨੇ ਕਿ ਚਾਰੇ ਇੱਥੇ ਗਰੀਬ, ਚਲੋ ਜਿਹਦੇ 'ਤੇ ਵੈਲ ਆਫ ਨੇ ਉਹ ਤਾਂ ਠੀਕ ਹੈ, ਅਤੇ ਜਿਹੜੇ ਗਰੀਬ ਬੰਦੇ ਨੇ ਉਹ ਇੱਥੇ ਆਪਣੇ ਮਕਾਨ ਪਲਾਟ ਚੀਜ਼ਾਂ ਜਗਾਤਾਂ ਵੇਚਣੇ ਨੇ ਕਿ ਉਹ ਦਾਦੇ ਨਹੀਂ ਅਤੇ ਜਾਣੇ ਨੇ ਇੰਗਲੈਂਡ, ਉੱਥੇ ਬਈ ਜਾਸਾਂ ਉੱਥੇ ਤਾਂ ਲੱਗੇ ਜਾਣੇ ਨੇ। ਹੁਣ ਉਹਨਾਂ ਨੇ ਕਿ ਜਿਹੜਾ ਵਰਕ ਪਰਮਿਟ 5 ਸਾਲਾਂ ਨਾਲ ਲੱਭਣਾ ਜਾਂ 3 ਸਾਲਾਂ ਨਾਲ ਲੱਭਣਾ ਹੋਇਆ, ਉਹਨਾਂ ਕੀ ਇਹ ਨਹੀਂ ਪਤਾ ਕਿ ਅਸਾਂ ਨਾਲ ਕਿੱਥੇ ਬਨਸੀ ਹੈ ਜਾਂ ਜਿਸ ਬੰਦੇ ਜਿਸ ਕੰਪਨੀ ਅਸਾਂ ਕੀ ਵੀਜ਼ਾ ਭੇਜਿਆ ਹੋਇਆ ਉਹ ਵਾਕਈ ਸਹੀ ਹੈ ਜਾਂ ਅਸਲ ਹੈ ਜਾਂ ਨਕਲ ਹੈ। ਬੰਦ ਹੋ ਜਾਣੀਆਂ ਨੇ ਅਤੇ ਫਿਰ ਜਿਹੜੇ ਅਸਾਂ ਨੇ ਵਰਕ ਵੀਜ਼ੇ ਉੱਪਰ ਜਾਣੇ ਤਾਂ ਖੱਜਲ ਹੋ ਜਾਣੇ, ਉਸਨੇ ਬਾਰੇ ਕਿਆ ਤੁਸੀਂ ਰਾਏ ਦੇ ਸਕਦੇ? ਇਹ ਬੜਾ ਗਲਤ ਹੈ ਕਿ ਤੁਸੀਂ ਕੀ ਪਹਿਲੀ ਪੂਰੀ ਇਨਫੋਰਮੇਸ਼ਨ ਪੂਰੀ ਸਾਰੀ ਇਨਫੋਰਮੇਸ਼ਨ ਲੈ ਕੇ ਤੁਸੀਂ ਜਾਣਾ ਚਾਹੀਦਾ ਕਿ ਉੱਥੇ ਅਕਸਰ ਅਸਾਂ ਬੰਦੇ ਅੱਛੇ ਜਾਣੇ ਤੋਂ ਆਉਣੇ, ਜਨਾਬ ਅਸਾਂ ਨਾਲ ਮਾਵੇਂ ਦਾ ਪੁੱਤਰ ਆਇਆ, ਚਾਚੇ ਦਾ ਪੁੱਤਰ ਆਇਆ, ਫਲਾਣਾ ਪੁੱਤਰ ਆਇਆ, ਕਜ਼ਨ ਆਇਆ, ਕਿ ਇਸ ਤਰੀਕੇ ਨਾਲ ਉਹ ਵਰਕ ਪਰਮਿਟ ਅੱਛੇ ਪੈਸੇ ਦੇ ਹੀ ਕਾਇਆ ਤਾਂ ਕੰਪਨੀ ਬੰਦ ਹੋ ਗਈ ਹੈ, ਉਹ ਚਾਰੇ ਫਿਰ ਅੱਗੇ ਖੱਜਲ ਖਜਾਲ ਹੋਣੇ ਨਾ ਅਸੀਂ ਆਪਣੀ ਮਿਲਦੀ ਜ਼ਬਾਨ 'ਚ ਸੁਣੇ ਕਿ ਉਹ ਬੰਦੇ ਪਰੇਸ਼ਾਨੀ 'ਚ ਹੋ ਜਾਣੇ ਕਿ ਅਸਾਂ ਕੁਦਰ ਜਾਵਾਂ। ਅਤੇ ਉਸ ਤੋਂ ਬਿਹਤਰ ਹੀ ਹੈ ਕਿ ਆਪਣਾ ਜਿਸ ਤੋਂ ਵੀਜ਼ਾ ਜਿਸ ਤੋਂ ਭੇਜਿਆ ਹੋਇਆ ਆਪਣੇ ਸਕੇ ਰਿਸ਼ਤੇਦਾਰ ਨੂੰ ਤੁਸੀਂ ਆਪਣਾ ਉਹ ਸੀ ਦੱਸੋ ਕਿ ਆਏ ਅਸਾਂ ਵੀਜ਼ਾ ਆਏ ਅਸਾਂ ਲਿਹਾਜ਼ ਹੈ, ਅਤੇ ਅਸਾਂ ਹੁਣ ਅਸੀਂ ਕਿਆ ਕਰਾਂਗੇ? ਆਹ ਵੀ ਉਹ ਜਿਹੜੇ
ਖਜਲ ਖਜਲਾਉਣ ਵਾਲੇ ਪਏ ਉਹਨੇ ਕਿ ਪਤਾ ਨਹੀਂ ਅਸਾਂ ਕਰਾਂ ਕਿ ਉਸ ਤੋਂ ਬਿਹਤਰ ਹੀ ਹੈ ਕਿ ਤੁਸੀਂ ਆਪਣੇ ਕਿਸੇ ਆਪਣੇ ਜ਼ਾਤੀ ਕਰੀਬੀ ਰਿਸ਼ਤੇਦਾਰ ਨੂੰ ਉਹ ਦੱਸੋ ਕਿ ਅਸਾਂ ਕਿ ਪੁਰਾਣੇ ਬੰਦੇ ਆ, ਅਸਾਂ ਕਿ ਇਤਨਾ ਪੈਸਾ ਆ ਗਿਆ, ਇਹ ਤਾਂ ਕੋਈ ਕੰਪਨੀ ਇਹ ਵੀ ਆਈ ਹੈ ਨਹੀਂ ਹੈ, ਇਹ ਇੱਕ ਬੇਨਾਮ ਕੰਪਨੀ ਹੈ, ਪੈਸਾ ਬਟੋਣੇ ਵੇ ਨੇ। ਤੁਸੀਂ ਪੂਰੀ ਰਿਸਰਚ ਕਰੀ ਕਿ ਇਹ ਕੰਮ ਕਰੋ ਕਿ ਬਾਅਦ ਗੱਲ ਤੁਸੀਂ ਉੱਥੇ ਕੋਈ ਮੁਸ਼ਕਿਲ ਪਰੇਸ਼ਾਨੀ ਪੇਸ਼ ਨਾ ਹੋਵੇ, ਇਹ ਕੰਮ ਕਰੋ। ਅੱਛਾ, ਤੁਸੀਂ ਕਿਆ ਰਾਏ ਹੈ ਇਸ ਵਿੱਚ? ਅਸਲ ਇਹ ਰਾਏ ਹੈ ਕਿ ਤੁਸੀਂ ਮੈਂ ਤੁਸੀਂ ਅੱਗੇ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਕਿਸੇ ਆਪਣੇ ਬੰਦੇ ਨੂੰ ਕਹੋ ਨਾ ਕਿ ਉੱਥੇ ਜਾ ਕੇ ਬਈ ਇਹ ਚੀਜ਼ ਚੱਕੋ, ਇਹ ਕੰਪਨੀ ਇਹ ਵੀ ਹੈ ਅਸਲ ਕਿ ਨਹੀਂ ਹੈ, ਕਿ ਬਾਅਦ ਤੁਸੀਂ ਪਰੇਸ਼ਾਨੀ 'ਚ ਪਵੋ ਤਾਂ ਫਿਰ ਉਸ ਤੋਂ ਬਿਹਤਰ ਹੀ ਹੈ ਕਿ ਪਹਿਲਾਂ ਤੁਹਾਨੂੰ ਸਰਚ ਕਰੀ ਗੱਲੋਂ। ਅਤੇ ਅਗਰ ਤੁਸੀਂ ਉੱਥੇ ਜਾਣੇ ਹੋ ਤੁਸੀਂ ਕੋਈ ਹੁਨਰ ਹੋਣਾ ਚਾਹੀਦਾ, ਮੈਨੂੰ ਤੁਹਾਨੂੰ ਕੋਲ ਕੋਈ 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 ਸਕਿੱਲ ਹੋਣੀ ਚਾਹੀਦੀ ਕਿ ਅਗਰ ਤੁਸੀਂ ਜਾ ਸਾਂ ਕਿ ਅਸਾਂ ਇਹ ਕੰਮ ਕਰ ਸਾਂ ਉੱਥੇ। ਹੁਣ ਇਹਨਾਂ ਦਾ ਆਖੋ ਬਈ ਸਫਾਈਆਂ ਕੋਈ ਲੱਗਾ ਜਾਂ ਟੇਕ ਵੇਅਰ ਲੱਗਾ ਜਾਂ ਦੂਸਰਾ ਤੀਸਰਾ ਕੰਮ, ਕੰਮ 'ਚ ਕੋਈ ਮਿਹਨਤ ਨਹੀਂ ਹੈ, ਮਗਰ ਤੁਸੀਂ ਸਕਿੱਲ ਇੱਕ ਐਸੀ ਹੋਣੀ ਚਾਹੀਦੀ ਹੈ ਕਿ ਤੁਸੀਂ ਪਤਾ ਕਿ ਅਸੀਂ ਬੰਦੇ ਡਿਮਾਂਡ ਹੋਵੇ ਕਿ ਇਸ ਬੰਦੇ ਕਿ ਅਸਾਂ ਕੀ ਬੰਦਾ ਚਾਹੀਦਾ ਹੋਵੇ, ਜਲਦੀ ਬੰਦਾ ਉੱਥੇ ਉਹ ਲੱਗਿਆ ਕੰਮ ਕਰਿਆ ਉਹ। ਪੈਸੇ ਲੈਣੇ ਆਪਣੀ ਆਪਣੀ ਫੀਸਾਂ ਦੇਣੇ ਪਏ, ਜਿਹੜਾ ਤੁਸੀਂ ਫੀਸਾਂ ਦੇਣੇ ਤੁਹਾਨੂੰ ਪੈਸੇ ਕੋਈ ਨੀ, ਤੁਸੀਂ ਰਹਿਸੋ ਰਿਹਾਇਸ਼ ਮਹਿੰਗੀ, ਖਾਣ ਪੀਣ ਮਹਿੰਗਾ, ਤੁਸੀਂ ਬੜੀ ਮੁਸ਼ਕਿਲ ਹੋਣੀ ਹੈ। ਉਸ ਤੋਂ ਬਿਹਤਰ ਹੀ ਹੈ ਕਿ ਤੁਸੀਂ ਆਪਣੇ ਆਪ ਹੈ ਕਿ ਪਹਿਲਾਂ ਰਿਸਰਚ ਕਰੋ ਅਤੇ ਚੈੱਕ ਕਰੋ ਕਿ ਅਸਾਂ ਦੀ ਸਟੱਡੀ ਕਿਸ ਲਿਹਾਜ਼ ਨੂੰ ਅਸੀਂ, ਅਸਾਂ ਪੈਸਾ ਕਿਤਨਾ ਵਾ, ਅਸਾਂ ਕਿਆ ਕਰਨਾ ਵਾ। ਜਨਾਬ ਉਹ ਰਮਜ਼ਾਨ ਗੁਜ਼ਰਿਆ, ਇੱਕ ਮਿਸਾਲ ਮੈਂ ਇਸੇ ਦੇਣਾ ਕਿ ਅਕਸਰ ਬੰਦੇ ਸਟੂਡੈਂਟ ਆਮ ਨੇ ਤਾਂ ਉਹਨਾਂ ਵਿਚਾਰਿਆਂ ਕੋਲੋਂ ਇੱਕ ਤਾਂ ਰਿਹਾਇਸ਼ ਵੀ ਨਹੀਂ ਹੋਣੀ, ਇੱਕ ਤਾਂ ਖਾਣ ਪੀਣ ਦਾ ਬੜਾ ਮੁਸ਼ਕਿਲ ਹੈ ਉਹਨਾਂ ਵਾਸਤੇ, ਅਤੇ ਜ਼ਹਿਰ ਪੇਟਾ ਵੀ ਘਲੋਸੀ ਤੱਕ ਕੰਮ ਹੋ ਸੀ ਨਾ, ਅਤੇ ਉਹਨਾਂ ਪਹਿਲਾਂ ਰਿਹਾਇਸ਼ ਨਾਲ ਬੰਦਾ ਬਸ ਹੋਣਾ ਚਾਹੀਦਾ, ਫਿਰ ਆਪਣਾ ਆਪਣਾ ਕੰਮ ਇਹਨਾਂ ਲਿਹਾਜ਼ ਹੋਣਾ ਚਾਹੀਦਾ, ਜੋ ਅਸਾਂ ਕੋਈ ਕੰਮ ਕਰ ਸਾਂ ਤਾਂ ਦੇ ਸਾਂ, ਫਿਰ ਫੀਸਾਂ ਵੀ ਤਾਂ ਦੇਣੀਆਂ ਨਾ, ਉਹ ਵੀ ਮਾਮਲਾ ਸਾਰੇ ਤੱਕਣੇ। ਹੁਣ ਰੀਸੈਂਟਲੀ ਅਸਾਂ ਰਮਜ਼ਾਨ ਗੁਜ਼ਰਿਆ, ਰਮਜ਼ਾਨ 'ਚ ਇਹ ਹੋਇਆ ਜਨਾਬ ਅਸਾਂ ਜਾਣੇ ਸਾਂ ਅਫਤਾਰੀ ਟਾਈਮ ਨਮਾਜ਼ ਦੇ ਟਾਈਮ 'ਤੇ ਉੱਥੇ ਤੱਕਾਂ, ਅਤੇ ਅਗਰ ਤਾਂ ਮਿਸਾਲ ਤੋਂ 200 ਬੰਦਾ ਤਾਂ 200 'ਚੋਂ ਇਹ ਕਹਿ ਲਓ ਕਿ 100-150 ਬੰਦਾ ਸਟੂਡੈਂਟ ਆਇਆ, ਇਹ ਉਹ ਬੰਦੇ ਜਿਹਨਾਂ ਇੰਡੀਆ ਨੇ ਵੀ ਹੈ ਅਤੇ ਆਪਣੇ ਵੀ ਐਸੇ ਪਾਕਿਸਤਾਨੀ ਮੁਸਲਮਾਨ ਵੀ ਹਨ, ਹੋਰ ਦੁਨੀਆਂ 'ਚ ਆਉਂਦੇ ਮੁਸਲਮਾਨ, ਬੰਗਲਾਦੇਸ਼ ਨੇ, ਉਹ ਮੁਸਲਿਮ ਕਮਿਊਨਿਟੀ ਨੇ ਬੰਦੇ ਉੱਥੇ ਆਏ ਸਨ, ਤੱਕੋ ਇਹਨਾਂ ਵਿਚਾਰਿਆਂ ਕੋਲ ਪੈਸੇ ਕੋਈ ਨਹੀਂ, ਖਾਣੇ ਤੱਕ ਕੋਈ ਨਹੀਂ। ਉਦੋਂ ਬੜੇ ਸ਼ੌਕ ਨਾਲ ਪਾਕਿਸਤਾਨ ਨੂੰ ਇੱਥੋਂ ਯਾਗੂ ਵਿੱਚ ਜਾਣੇ ਨੇ ਇੰਗਲੈਂਡ ਉੱਥੇ ਪੜ੍ਹਨੇ ਵਾਸਤੇ, ਸਟੱਡੀ ਵਾਸਤੇ, ਉਹਨਾਂ ਵਿਚਾਰੇ ਕੋਲ ਪੈਸੇ ਤੱਕ ਨਹੀਂ ਖਾਣੇ ਵਾਸਤੇ। ਤੁਸੀਂ ਆਪਣੇ ਆਪ ਕਿ ਇਤਨਾ ਕਰੋ ਕਿ ਜਿੱਥੇ ਜਾ ਸਕੋ ਤੁਸੀਂ ਖਾਈ ਸਕੋ, ਲਾਈ ਸਕੋ, ਆਪਣਾ ਸਟੱਡੀ ਦੀ ਆਪਣੀ ਫੀਸਾਂ ਅਦਾ ਕਰੀ ਸਕੋ, ਦੇ ਸਕੋ, ਤੁਸੀਂ ਇਹ ਕਰੋ। ਹੁਣ ਰਮਜ਼ਾਨ ਦੇ ਉੱਥੇ ਜਿੱਥੇ ਮਸਜਿਦ ਮੈਂ ਤੱਕੇ, ਸਿਰਫ ਉਹ ਖਾਣੇ ਚਾਲੇ ਅਫਤਾਰੀ ਵਾਸਤੇ ਆਉਣੇ ਸੀ, ਉਹਨਾਂ ਵਾਸਤੇ ਬੜਾ ਮੁਸ਼ਕਿਲ ਸੀ। ਉਹ ਕਈ ਹਿੱਸਾ ਤਾਂ ਇੰਡੀਅਨ ਜਿਹੜੇ ਆਏ ਉਹਨਾਂ ਵੀ ਤੱਕੋ, ਤੁਸੀਂ ਉਹਨਾਂ ਨੇ ਇੰਡੀਆ ਦੇ ਮੰਦਰਾਂ ਵਿੱਚ ਜਾਓ, ਉਹਨਾਂ ਦੇ ਗੁਰਦੁਆਰਿਆਂ 'ਚ ਜਾਓ, ਸਾਰੇ ਤੱਕੋ ਤੁਸੀਂ ਤੱਕੋ ਉਹਨਾਂ ਵੀ ਬੈਠੇ। ਇਹ ਰਿਆਸਤਾਂ ਕਿ ਤੁਸੀਂ ਆਪਣੇ ਆਪ ਸੈਟਿੰਗ ਕਰ ਗਏ, ਤੁਸੀਂ ਰੱਖੋ ਕਿ ਅਗਲਾ ਕੱਲ੍ਹ ਤੁਸੀਂ ਕਿਸੇ ਕੋਲ ਅੱਗੇ ਤੁਸੀਂ ਮੰਗਣਾ ਨਾ ਪਵੇ, ਖਾਣੇ ਵਾਸਤੇ ਵੀ ਇਹ ਦਿਓ ਤਾਂ ਉਹ ਦਿਓ। ਹੁਣ ਅਸਾਂ ਨੇ ਇੱਥੋਂ ਕਈ ਲੜਕੀਆਂ ਲੜਕੀਆਂ ਵੀ ਤੁਸੀਂ ਰੀਸੈਂਟ ਤੱਕਿਆ ਹੋ ਸੀ, ਬੜਾ ਮਸ਼ਹੂਰ ਟਿਕਟੋਕ ਅਗਰ ਜੇ ਫੇਸਬੁੱਕਾਂ 'ਚ ਚੱਲੀਆਂ ਪਈਆਂ, ਸਟੋਰੀਆਂ ਚੱਲੀਆਂ ਪਈਆਂ, ਦਿੱਗਰ ਹੋਰ ਜਗ੍ਹਾ ਪਰ ਚੱਲੀਆਂ ਪਈਆਂ, ਕਿ ਉਹ ਇੱਥੋਂ ਲੜਕੀਆਂ ਜਾਣੀਆਂ ਪਈਆਂ ਉੱਥੇ ਜਨਾਬ ਉਹ ਡਿਲੀਵਰੀਆਂ ਕਰਨੀਆਂ ਪਈਆਂ, ਵਜ੍ਹਾ ਕਿ ਉਹਨਾਂ ਦੇ ਖਰਾਜਾਤ ਪੂਰੇ ਨਹੀਂ ਹੋਣੇ ਪਏ, ਕਿ ਪਹਿਲਾਂ ਤੁਸੀਂ ਕਿ ਆਪਣੇ ਆਪ ਕਿ ਇਹ ਚੀਜ਼ ਕਰਨੀ ਚਾਹੀਦੀ ਹੈ ਤਾਂ ਫਿਰ ਤੁਸੀਂ ਉਸ ਦੇ ਮੁਤਾਬਕ ਚੱਲੋ। ਕੁਸ਼ਚਨ ਇਹ ਹੈ ਤੁਸਾਂ ਨੂੰ ਕਿ ਤੁਸੀਂ ਸਾਰਾ ਕੁਝ ਇਨਫੋਰਮੇਸ਼ਨ ਦਿੱਤੀ ਹੈ, ਸਟੂਡੈਂਟ ਵੀ ਦੇਣੀ, ਵਰਕ ਵੀ ਦੇਣੀ, ਅਤੇ ਸ਼ਾਦੀ ਵਾਲੇ ਵੀ ਦੇਣੀ, ਲੇਕਿਨ ਹੁਣ ਤੁਸੀਂ ਇਹ ਦੱਸੋ ਨਾ ਕਿ ਜਿਹੜੇ ਅਸਾਂ ਨੇ ਜਾਣੇ ਨੇ ਇੱਥੋਂ ਸਟੂਡੈਂਟ ਵੀ ਦੇ ਉੱਪਰ ਜਾਂ ਵਰਕ ਵੀ ਦੇ ਉੱਪਰ, ਉਹਨਾਂ ਕੀ ਪਹਿਲੇ ਤਾਂ ਰਿਸ਼ਤੇਦਾਰਾਂ ਕੀ ਸਪੋਰਟ ਕਰਨੀ ਚਾਹੀਦੀ ਹੈ ਕਿ ਉਹ ਜਿਹੜਾ ਨਾ ਉਹਨਾਂ ਕੀ ਉੱਥੇ ਉਹਨਾਂ ਦੀ ਕੇਅਰ ਕਰਨ, ਉਹਨਾਂ ਨਾਲ ਹਿਆਰ ਸ਼ਿਆਰ ਰੱਖਣ ਦਾ, ਉਹਨਾਂ ਕੀ ਸਪੋਰਟ ਕਰਨ।
ਤੇ ਜੇ ਉਹ ਸਪੋਰਟ ਨਹੀਂ ਕਰਨੇ ਤੇ ਤਾਂ ਹੀ ਜਿਹੜੇ ਨਾ ਇਹ ਇਥੋਂ ਜਿਹੜੇ ਕੁੜੀਆਂ ਮੁੰਡੇ ਜਾਣੇ ਨੂੰ ਖੱਜਲ ਹੋਣ ਤੁਸੀਂ ਤਾਂ ਨਹੀਂ ਕਹਿ ਰਹੇ ਤੁਸੀਂ ਨਾ ਸਵਾਲ ਬਿਲਕੁਲ ਵਜਾ ਤੁਸੀਂ ਸਵਾਲ ਬਿਲਕੁਲ ਦੁਰਸਤ ਜਵਾਬ ਪਹਿਲਾਂ ਕਿ ਤੁਸੀਂ ਕਿ ਜਿਹੜਾ ਕੋਈ ਗਰੀਬ ਭੈਣ ਭਰਾ ਇਥੋਂ ਵਰਕ ਵੂਮਨ ਜਾਂ ਸਟੂਡੈਂਟ ਜਾਣਾ ਮੈਂ ਉਹਨਾਂ ਕਿਸੇ ਜ਼ਰੂਰ ਤਾਂ ਕਹਿਣਾ ਚਾਹੁੰਦਾ ਜਿਹੜੇ ਪੁਰਾਣੇ ਗਏ ਨਾ ਅਸਲੇ ਬਜ਼ੁਰਗ ਹਜ਼ਰਾਤ ਜਿਹੜੇ ਗਏ ਨਾ ਅਸਲੇ ਉਹਨਾਂ ਕੀ ਤਾਉਨ ਕਰਨਾ ਚਾਹੀਦਾ ਇਹਨਾਂ ਨਾਲ ਕਿ ਕਿਸ ਤਰੀਕੇ ਨਾਲ ਚਿਹਰਾ ਅਸਲਾ ਪੁੱਤਰ ਪੁੱਤਰੀ ਜਾਂ ਕੋਈ ਵੀ ਰਿਸ਼ਤੇ ਨਾਲ ਆਇਆ ਹੋਇਆ ਤਾਂ ਉਸਨੂੰ ਤਾਉਨ ਕਰਾਂ ਕਿ ਇਸ ਮੁਸ਼ਕਲਾਂ ਜਾਂ ਪਰੇਸ਼ਾਨੀ ਨਾ ਹੋਵੇ ਕਿਉਂਕਿ ਉਹਨਾਂ ਜਦੋਂ ਉਹ ਬਜ਼ੁਰਗ ਗਏ ਸਨ ਉਹਨਾਂ ਵੀ ਬੜੀਆਂ ਮੁਸ਼ਕਲਾਂ ਤੱਕੀਆਂ ਸਨ ਕਿ ਹੁਣ ਉਸੀ ਵਜ੍ਹਾ ਨਾਲ ਕਿ ਅਸਲੇ ਕੋਈ ਹੋਰ ਜਿਹੇ ਬੰਦੇ ਰਿਸ਼ਤੇਦਾਰ ਪੁੱਤਰ ਪੁੱਤਰੀ ਆਏ ਕਿ ਇਹਨਾਂ ਕੀ ਮੁਸ਼ਕਲਾਂ ਨਾ ਹੋਵੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਿਸ ਵਕਤ ਅਸੀਂ ਗਏ ਹਾਂ ਜਨਾਬ ਤੇ ਉੱਥੇ ਕੰਮ ਸ਼ੰਮ ਕੀਤਾ ਤੇ ਉਸ ਵਕਤ ਇਤਨੀ ਸਸ ਪਾਈ ਸੀ ਬਨ ਨਿਸਬਤ ਅਸਾਂ ਉਹਨਾਂ ਲੋਕਾਂ ਨੂੰ ਪਹਿਲਾਂ ਬਾਪ ਉਹ ਜੇ ਅਸਾਂ ਗਏ ਉਹਨਾਂ ਅਸਾਂ ਨੂੰ ਪਹਿਲਾਂ ਉਹ ਜ਼ਿਆਦਾ ਉਹਨਾਂ ਕੀ ਹੁਸ਼ਿਆਰ ਸਨ ਮਤਲਬ ਕਿ ਸਸ ਪਾਈ ਸੀ ਜਦੋਂ ਜਿਸ ਟਾਈਮ ਅਸੀਂ ਗਏ ਹਾਂ ਉੱਥੇ ਵੀ ਸਸ ਪਾਈ ਸੀ ਅਸਲ ਦੌਰ 'ਚ ਨਾ ਉਸ ਵਕਤ ਇੱਕ ਰੂਮ ਤੁਹਾਨੂੰ ਤਾਂ ਰਹਿਣ ਲੈਣੇ ਪਿਓ ਇੱਕ ਰੂਮ ਤੁਹਾਨੂੰ ਕਿ 30 pounds ਨਾਲ ਮਿਲ ਜਾਣਾ ਸੀ 30 pounds ਨਾਲ ਨਾ ਆਪਣੀ ਦੁਕਾਨ 'ਚ ਨਾ ਗਏ 30 pounds 'ਚ ਨਾ ਗਏ ਉਹ ਰੂਮ ਮਿਲ ਜਾਣਾ ਸੀ ਤੁਹਾਡਾ ਬਿੱਲ ਇੰਕਲੂਡ ਕਰੀਏ 40 pounds ਹਾਰ ਤੁਸੀਂ ਇੱਥੇ ਆਉਣਾ ਸੀ ਹੁਣ ਉਹੀ ਰੂਮ 70 pounds 80 pounds ਖਾਲੀ ਤੁਹਾਨੂੰ ਕਿ ਇੱਕ ਰੂਮ ਰੈਂਟ 'ਤੇ ਮਿਲਣੀ ਹੈ ਉਹ ਪਾਉਣ ਇੰਕਲੂਡ ਬਿੱਲ ਸ਼ਿਲ ਬਾਈਕ ਹੈ ਨਾ ਹੁਣ ਮੌਜੂਦਾ ਦੌਰ 'ਚ ਖਾਲੀ 70, 80 pounds, 70 pounds, 80 pounds, 90 pounds ਤੁਸੀਂ ਖਾਲੀ ਰੂਮ ਮਿਲਣੀ ਹੈ ਉਹ ਬੜਾ ਮੁਸ਼ਕਿਲ ਹੈ ਹੁਣ ਤੁਹਾਨੂੰ ਦੱਸੋ ਤੁਸੀਂ ਜਿਹੜੇ ਸਟੂਡੈਂਟ ਬੰਦੇ ਨੇ ਉਸਨੇ ਆਪਣੇ ਬੰਦੇ ਵੀ ਗਲਤ ਕਰਨੇ ਨੇ ਉਹਨਾਂ ਕੀ ਜਨਾਬ ਵਾਲੀ ਥੋੜ੍ਹੇ ਪੈਸੇ ਦੇਣੇ ਤੋਂ ਉਹ ਚੜ੍ਹੇ ਖਾਣ ਜਾਂ ਉਹ ਰੈਂਟ ਦੇਣ ਜਾਂ ਬਿੱਲ ਪੇ ਕਰਨ ਤਾਂ ਉਸ ਨਾਲ ਬਿਹਤਰ ਹੀ ਹੈ ਕਿ ਤੁਸੀਂ 70-80 pounds 'ਚ ਬੜਾ ਮੁਸ਼ਕਿਲ ਗੁਜ਼ਾਰਾ ਵੈ ਜੇ ਤੁਸੀਂ ਆਪਣਾ ਤੁਹਾਨੂੰ ਸਿਸਟਮ ਹੋਣਾ ਵੈ ਉਹ ਕਰੋ ਇਹ ਨਹੀਂ ਕਿ ਤੁਸੀਂ ਜਨਾਬ ਅੱਗੇ ਪਿੱਛੇ ਇੱਧਰ ਉੱਧਰ ਬੜਾ ਮੁਸ਼ਕਿਲ ਹੈ ਤੁਸੀਂ ਬਿਹਤਰ ਹੀ ਹੈ ਕਿ ਤੁਸੀਂ ਅੱਛਾ ਜਿਹਾ ਰੂਮ ਲਵੋ ਆਪਣੇ 2-3 ਬੰਦੇ ਜੁਆਇਨ ਕਰੋ ਅਤੇ ਤਾਂ ਗੁਜ਼ਾਰਾ ਚੱਲਣਾ ਮੈਂ ਤੁਸੀਂ ਇੱਕ ਹੋਰ ਨਿੱਕੀ ਜਿਹੀ ਮਿਸਾਲ ਦੇਣਾ ਜਨਾਬ ਮਿੱਕੀ ਰੀਸੈਂਟਲੀ ਮੇਰੇ ਆਪਣੇ ਇੱਕ ਦੋਸਤ ਯਾਰ ਨੇ ਤਾਂ ਉਹਨਾਂ ਮਿੱਕੀ ਫੋਨ ਕੀਤਾ ਅਤੇ ਉਹਨਾਂ ਨੇ ਕਿਹਾ ਦੋਸਤ ਨੇ ਪਾਕਿਸਤਾਨ ਤੋਂ ਉਹਨਾਂ ਦੀ ਮਸ਼ੀਰਾ ਉੱਥੇ ਇੰਗਲੈਂਡ ਗਈ ਅਤੇ ਉਹਨਾਂ ਆਖਿਆ ਕਿ ਸਟੂਡੈਂਟ ਜਿਹੜੀ ਹੈ ਨਾ ਉਹਨਾਂ ਆਖਿਆ ਕਿ ਇਸੇ ਮਸ਼ੀਰਾ ਉਸੇ ਰੂਮ ਕਰੋ ਉਹਨਾਂ ਬੰਦੋਬਸਤ ਕਰੋ ਪਹਿਲੀ ਗੱਲ ਰੂਮ ਤਾਂ ਮਿਲਣੀ ਨਹੀਂ ਸੀ ਅਸਾਂ 2-3 ਜਗ੍ਹਾ ਦਾ ਪਤਾ ਕੀਤਾ ਤਾਂ ਉਹ ਰੂਮ ਜਨਾਬ ਇੱਕ ਰੂਮ ਮਿਲੀ ਹੈ ਉਸ 30 ਬੰਦੇ ਮੁੜੇ ਲੜਕੇ ਜੁਆਇਨ ਸਨ ਉੱਥੇ ਰੂਮ ਨਾ ਸ਼ਾਮਿਲ ਰਹਿਣੇ ਸਨ ਹੁਣ ਵੀ ਦੱਸੋ ਕੋਈ ਧੀ ਭੈਣ ਹੈ ਜਿਹੜੀ ਅਸਾਂ ਕਿਸ ਤਰ੍ਹਾਂ ਆਉਣਾ ਹਾਂ ਵੀ ਇੱਥੇ ਹੋਏ ਰੂਮ ਤੂੰ ਧੀ ਭੈਣ ਅਸੀਂ ਨਹੀਂ ਰਿਹਾ ਸੀ ਉੱਥੇ ਤੋਂ ਕਿਚਨ ਵੀ ਉੱਥੋਂ ਗੱਠੇ ਇਸਤੇਮਾਲ ਕਰਨਾ ਮੈਂ ਉੱਥੇ ਬਾਥਰੂਮ ਵੀ ਗੱਠੀ ਇਸਤੇਮਾਲ ਕਰਨੀ ਹੈ ਉਸਦਾ ਮੁਸ਼ਕਿਲ ਹੈ ਭੈਣ ਖੁਦਾਰਾ ਆਪਣੇ ਜਿਤਨੇ ਭੈਣ ਭਰਾ ਤੁਸੀਂ ਭੇਜਦੇ ਹੋ ਸਪੈਸ਼ਲੀ ਭੈਣਾਂ ਧੀਆਂ ਭੇਜਦੇ ਹੋ ਤੁਸੀਂ ਪਹਿਲਾਂ ਆਪਣਾ ਬੰਦੋਬਸਤ ਕਰੋ ਅਤੇ ਫਿਰ ਤੁਸੀਂ ਭੇਜਿਆ ਕਰੋ ਉਹਨਾਂ ਕਿ ਉਹਨਾਂ ਵਾਸਤੇ ਬੜੀ ਮੁਸ਼ਕਿਲ ਬੜੀ ਪਰੇਸ਼ਾਨੀ ਹੋਣੀ ਹੈ ਤੁਸੀਂ ਇੱਥੇ ਬੈਠੇ ਹੋ ਬੜਾ ਈਜ਼ੀ ਅਤੇ ਸਲਾਮ ਜਦੋਂ ਆਏ ਹੈ ਪਹਿਲਾਂ ਉਹਨਾਂ ਨਾਲ ਬੰਦੋਬਸਤ ਕਰੀ ਗਏ ਫਿਰ ਧੀ ਭੈਣ ਤੁਸੀਂ ਭੇਜੋ ਕਿ ਉਹਦਾ ਕਿ ਪਤਾ ਲੱਗਿਆ ਬਾਕੀ ਜੇ ਚੀਜ਼ ਚੰਗੀ ਹੈ ਫਿਰ ਉਹਨਾਂ ਨੇ ਕੰਮ ਨਾ ਬਸ ਬੰਦੋਬਸਤ ਵੀ ਹੋਣਾ ਕਿ ਜ਼ਹਿਰੀ ਬਾਅਦ ਉਹ ਕੰਮ ਕਰਸੀ ਤਾਂ ਕਿਆ ਫੀਸਾਂ ਪੇ ਕਰਸੀ ਨਾ ਕੰਮ ਨਹੀਂ ਉਹਨਾਂ ਕਹਿੰਦਾ ਫੀਸਾਂ ਕਿਸੇ ਪੇ ਕਰਸੀ ਤਾਂ ਰੈਂਟ ਕਿਸੇ ਰਹਿ ਸੀ ਉਹ ਰੈਂਟ ਕਿਸੇ ਦੇ ਸੀ ਉਹ ਬਿੱਲ ਕਿਸੇ ਪੇ ਕਰਸੀ ਤਾਂ ਬਿਹਤਰ ਹੀ ਹੈ ਕਿ ਪਰ ਇਨਫੋਰਮੇਸ਼ਨ ਪੂਰੀ ਲਾਈ ਗਏ ਅਤੇ ਆਪਣੀ ਧੀ ਮੈਂ ਇਹ ਗੱਲ ਕਰ ਰਿਹਾ ਸੀ ਕਿ ਖੁਦਾਰਾ ਤੁਸੀਂ ਆਪਣੀ ਧੀਆਂ ਭੈਣਾਂ ਇਸ ਨਾ ਭੇਜਿਆ ਕਰੋ ਕਿ ਜਦ ਤੱਕ ਤੁਸੀਂ ਕੀ ਇਨਫੋਰਮੇਸ਼ਨ ਹੀ ਨਹੀਂ ਹੈ ਕਿ ਉਹ ਕਿੱਥੇ ਰਹਿ ਸਨ ਜਾਂ ਕਿਆ ਹਿਸਾਬ ਹੈ ਜਾਂ ਤੁਸੀਂ ਪਹਿਲੀ ਗੱਲ ਤੁਸੀਂ ਕਿ ਆਪਣੀ ਫੈਮਿਲੀ ਵੱਲ ਉਹ ਜ਼ਿਆਦਾ ਬਿਹਤਰ ਹੋਣਾ ਵਾ ਕਿ ਤੁਸੀਂ ਉਹਨਾਂ ਨੂੰ ਉੱਥੇ ਭੇਜੋ ਉੱਥੋਂ ਉਹਨਾਂ ਕੀ ਆਪ ਉਹਨਾਂ ਨੇ ਰੁਕਾਫਟ ਕਰ ਸਕਣ ਸਪੈਸ਼ਲੀ ਜਿਹੜੀ ਧੀ ਭੈਣਾਂ ਨੂੰ ਅਸੀਂ ਨਾ ਗੱਲਾਂ ਭੇਜਿਆ ਕਰੋ ਦੂਸਰਾ ਉਹਨਾਂ ਨੇ ਕੰਮ ਦਾ ਬੰਦੋਬਸਤ ਹੋਵੇ ਤਾਂ ਉਹਨਾਂ ਨੇ ਨਿਜ਼ਾਮ ਅੱਗੇ ਚੱਲ ਸਕਣ
ਇਸ ਤਰ੍ਹਾਂ ਕਦੇ ਵੀ ਨਾ ਕਰੋ। ਅਗਰ ਮੇਰੀ ਇਸ ਵਜ੍ਹਾ ਤੋਂ ਕੁਛ ਕਿ ਦਿਲ ਆਜ਼ਾਰੀ ਹੋਈ ਹੈ ਤਾਂ ਮੈਂ ਮਾਫ਼ੀ ਨਾ ਤਲਬਗਾਰ ਹਾਂ ਕਿ ਇਹ ਚੀਜ਼ ਅਸਾਂ ਆਪੋ ਨੋਟ ਕੀਤੀ ਹੈ। ਉਹਨਾਂ ਧੀਆਂ ਭੈਣਾਂ ਵਾਸਤੇ ਬੜੀ ਮੁਸ਼ਕਿਲ ਹੋਣੀ ਹੈ, ਮਰਦ ਅਵਸਥਾ ਹੋਣੀ ਹੋਣੀ ਹੈ, ਮਗਰ ਇੱਕ ਧੀ ਭੈਣ ਵਾਸਤੇ ਬੜੀ ਮੁਸ਼ਕਿਲ ਹੈ ਕਿਉਂ ਧੀਆਂ ਭੈਣਾਂ ਸਭ ਬਣੀਆਂ ਸਾਂਝੀਆਂ ਹੋਣੀਆਂ ਨੇ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਵਿਵਰ ਸਰ ਇਹ ਸਨ ਜਨਾਬ ਆਪਣੇ ਚਾਚਾ ਰਸ ਸਾਹਿਬ, ਇਹ ਤੁਸਾਂ ਕੀ ਆਪਣੇ ਜਿਹੜੀਆਂ ਇਹਨਾਂ ਨੇ ਤਜਰਬੇ ਦੀਆਂ ਗੱਲਾਂ ਨੇ ਇਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਸਨ, ਇਹ ਇਨਫੋਰਮੇਟਿਵ ਗੱਲਾਂ ਹਨ। ਤਾਂ ਇਸਾਂ ਦੀ ਹੋਣਾ ਵਾ ਯੂਕੇ ਵਿੱਚ ਹੋਣ, ਜਿਹੜਾ ਨਾ ਉਸ ਤਰ੍ਹਾਂ ਦੀ ਲਾਈਫ ਕੋਈ ਨਹੀਂ ਹੈ, ਜਿਹੜਾ ਕੁਝ ਇਹਨਾਂ ਦੱਸਿਆ ਵਾ ਬਿਲਕੁਲ ਠੀਕ ਦੱਸਿਆ ਵਾ, ਅਸਾਂ ਵੀ ਇੰਝ ਹੀ ਸੁਣਨੇ ਹਾਂ। ਅਤੇ ਉਮੀਦ ਕਰਨੇ ਹਾਂ ਤੁਸਾਂ ਕਿ ਇਹਨਾਂ ਦੀਆਂ ਗੱਲਾਂ ਪਸੰਦ ਆਈਆਂ ਹੋ ਸਨ। ਅਤੇ ਚਾਚਾ ਰਸ ਸਾਹਿਬ ਸਾਨੂੰ ਮਿਲ ਕੇ ਬੜੀ ਖੁਸ਼ੀ ਹੋਈ ਹੈ। ਅਤੇ ਉਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਯਾਦ ਆ ਗਈ ਕਿ ਇਹਨਾਂ ਦੇ ਭਾਈ ਯਾਰ ਹਨ ਆਪਣੇ ਜਨਾਬ ਤਾਇਆ ਸ਼ਰਤ ਸਾਹਿਬ, ਉਹਨਾਂ ਨੇ ਵੀ ਆਈ ਐੱਸ ਹੈ ਬਕਸੇ ਹੈ, ਉਹਨਾਂ ਨੇ ਵੀ ਇੱਥੇ ਚੱਲੇ ਹਨ। ਅਤੇ ਮੈਂ ਵੀਡੀਓ ਅਪਲੋਡ ਕਰ ਛੋੜ ਸਾਂ ਏਅਰਪੋਰਟ ਬੁਕਿੰਗ ਵਾਸਤੇ ਜਾਂ ਸ਼ਾਦੀ ਵਿਆਹ ਦੇ ਕਿਸੇ ਤਰੀਕੇ ਨਾਲ ਕੋਈ ਵੀ ਕਿਸਮ ਦੀ ਬੁਕਿੰਗ ਹੋਵੇ ਤੁਸੀਂ ਰਾਬਤਾ ਕਰ ਸਕਦੇ ਹੋ, ਨੰਬਰ ਨਾਲ ਮੈਂ ਲਾ ਛੋੜ ਸਾਂ ਅਤੇ ਵੀਡੀਓ ਵੀ ਲਾ ਛੋੜ ਸਾਂ। ਅਤੇ ਬਾਕੀ ਉਮੀਦ ਕਰਨਾ ਤੁਸਾਂ ਕਿ ਇਹਨਾਂ ਵਲਾਗ ਪਸੰਦ ਆਇਆ ਹੋ ਸੀ, ਮਿਲਦੇ ਹਾਂ ਤੁਸਾਂ ਕਿ ਅਗਲੇ ਵਿਲਾਗ ਵਿੱਚ, ਅੱਲਾ ਨੇ ਵਾਲਾ ਜੀ। ਮਾਸ਼ਾ ਅੱਲਾ ਜੀ, ਇਹਨਾਂ ਤਾਂ ਮੇਰਾ ਤਾਂ ਇੰਟਰਵਿਊ ਲੈ ਲਿਆ, ਇਹ ਵੀ ਮੇਰੇ ਆਪਣੇ ਅਜ਼ੀਜ਼ ਮੇਰੇ ਬੜੇ ਭਾਈ ਅਸਨੇ ਆਬੂ ਦੁਬਈ ਉਹਨਾਂ ਨੇ ਬੈਠੇ ਅਸਨੇ ਨੈਕਨੂ ਦੇ ਨਾਲ, ਤੁਸੀਂ ਇਹਨਾਂ ਨਾਲ ਤਾਮਨ ਕਰੋ ਜਨਾਬ, ਇਹਨਾਂ ਚੈਨਲ ਕੀ ਸਬਸਕ੍ਰਾਈਬ ਕਰੋ ਫੋਲੋ ਕਰੋ, ਅਤੇ ਉਹਨਾਂ ਦੀ ਘੰਟੀ ਦਾ ਬਟਨ ਦੁਬਾਰਾ ਨਾ ਭੁੱਲਿਆ ਹੈ ਕਿ ਇਹ ਹੁਣ ਛੋਟੇ ਮਾਸ਼ਾ ਅੱਲਾ ਇਸ ਮਿਹਨਤ ਮਦਦ ਕਰਨੇ ਪੈਣ ਤਾਂ ਤੁਹਾਨੂੰ ਮਿਹਨਤ ਮਦਦ ਦੀ ਜ਼ਰੂਰਤ ਹੈ ਇਹਨਾਂ ਕੀ, ਅਤੇ ਇਹਨਾਂ ਚੈਨਲ ਜ਼ਰੂਰ ਤੱਕਿਆ ਕਰੋ, ਫੋਲੋ ਕਰਿਆ ਕਰੋ ਅਤੇ ਲਾਈਕ ਕਰਿਆ ਕਰੋ, ਕਿਉਂ ਕਤਰਾ ਕਤਰਾ ਦਰਿਆ ਬਣਨਾ, ਦਰਿਆ ਤੋਂ ਬਾਅਦ ਸਮੁੰਦਰ ਬਣਨਾ, ਇਹ ਤੁਸੀਂ ਤਾਮਨ ਦੀ ਜ਼ਰੂਰਤ ਹੈ ਇਹਨਾਂ ਕੀ। ਅਤੇ ਉਮੀਦ ਕਰਨਾ ਕਿ ਤੁਸੀਂ ਇਸ ਗੱਲ ਪਰ ਗੌਰ ਕਰ ਸੋ, ਇਹਨਾਂ ਨੇ ਹੈਲਪ ਕਰ ਸੋ। ਜਜ਼ਾਕ ਅੱਲਾ, ਸ਼ੁਕਰੀਆ ਸੋ।